ਅਰਬ ਵਾਲੇ ਕੈਲੰਡਰ ਦਾ ਹਿਸਾਬ ਨਹੀਂ ਰੱਖਦੇ ਸੀ, ਉਹ ਮਹੀਨਿਆਂ ਦੇ ਹਿਸਾਬ ਵਾਸਤੇ ਚੰਦ ਦੀ ਤਾਰੀਖ ਅਤੇ ਉਹਦੀ ਮੰਜ਼ਿਲਾਂ 'ਤੇ ਇਨਹਿਸਾਰ ਕਰਦੇ ਹੁੰਦੇ ਸੀ। ਇਸਲਾਮ ਆਇਆ ਤਾਂ ਉਹਨੇ ਇਸ ਨਿਜ਼ਾਮ ਦੀ ਤਾਈਦ ਕੀਤੀ ਕਿਉਂਕਿ ਇਹ ਵਾਜ਼ੇ ਸੀ, ਕਹਿੰਦੇ ਤਾਂ ਅਮਲ ਕਰਨਾ ਵੀ ਆਸਾਨ ਹੈ, ਜਿਵੇਂ ਅੱਲਾਹ ਤਾਲਾ ਦਾ ਫਰਮਾਨ ਹੈ ਜਿਹਨੇ ਸੂਰਜ ਨੂੰ ਰੋਸ਼ਨੀ ਵਾਸਤੇ ਅਤੇ ਚੰਦ ਨੂੰ ਨੂਰ ਵਾਸਤੇ ਬਣਾਇਆ ਔਰ ਉਹਦੀ ਮੰਜ਼ਿਲਾਂ ਮੁਕਰਰ ਕੀਤੀਆਂ ਤਾਂ ਕਿ ਸਾਲਾਂ ਦੀ ਗਿਣਤੀ ਅਤੇ ਉਹਦਾ ਸ਼ੁਮਾਰ ਨੂੰ ਜਾਣਿਆ ਜਾ ਸਕੇ। ਅਤੇ ਇਸੇ ਤਰ੍ਹਾਂ ਰੋਜ਼ੇ, ਜ਼ਕਾਤ, ਹੱਜ ਦੇ ਔਕਾਤ ਜਿਹੜੇ ਨੇ ਔਰ ਈਦਾਂ ਦੇ ਹਿਸਾਬ ਵਾਸਤੇ ਵੀ ਇਹੀ ਮੁਤਬਰ ਹੈ ਔਰ ਔਰਤਾਂ ਦੀ ਇੱਦਤ ਦੇ ਅੰਦਰ ਵੀ ਇਹੀ ਮੁਤਬਰ ਹੈ, 3 ਮਹੀਨੇ ਅਤੇ 4 ਮਹੀਨੇ 10 ਦਿਨ ਅਤੇ ਕਫਾਰਾਤ ਮਸਲਨ 2 ਮਹੀਨਿਆਂ ਦੇ ਲਗਾਤਾਰ ਰੋਜ਼ੇ ਔਰ ਮਾਲ 'ਤੇ 1 ਸਾਲ ਦਾ ਗੁਜ਼ਰ ਜਾਣਾ ਜ਼ਕਾਤ ਦੇ ਅੰਦਰ, ਇਹਦਾ ਇਤਬਾਰ ਕਮਰੀ ਮਹੀਨਿਆਂ 'ਤੇ ਹੈ। ਅੱਲਾਹ ਤਾਲਾ ਦਾ ਫਰਮਾਨ ਹੈ, ਇਹ ਤੁਹਾਡੇ ਕੋਲੋਂ ਪੁੱਛਦੇ ਨੇ ਨੇ ਚੰਦ ਦਾ, ਕਹਿ ਦਿਓ ਕਿ ਇਹ ਔਕਾਤ ਮੁਕਰਰ ਨੇ ਲੋਕਾਂ ਵਾਸਤੇ ਔਰ ਹੱਜ ਦੇ ਵਾਸਤੇ, ਹੱਜ ਵਾਸਤੇ। ਇਬਨ ਤੈਮੀਆ ਨੇ ਕਿਹਾ ਕਿ ਸਾਡੀ ਸ਼ਰੀਅਤ ਦੇ ਅੰਦਰ ਜੋ ਹਕਾਮ ਵਾਰਦ ਨੇ ਉਹ ਮੁਕੰਮਲ ਨੇ, ਕਿਉਂਕਿ ਅੱਲਾਹ ਤਾਲਾ ਨੇ ਮਹੀਨੇ ਦਾ ਹਿਸਾਬ ਇੱਕ ਐਸੇ ਕੁਦਰਤੀ ਅਮਲ 'ਤੇ ਮੌਕੂਫ ਰੱਖਿਆ ਜਿਹਦਾ ਹਰ ਸ਼ਖਸ ਮੁਸ਼ਾਹਿਦਾ ਕਰ ਸਕਦਾ ਹੈ। ਰਸੂਲਲਾ ਸੱਲ ਨੇ ਫਰਮਾਇਆ, ਚੰਦ ਦੇਖ ਕੇ ਰੋਜ਼ਾ ਰੱਖੋ, ਸ਼ੁਰੂ ਕਰੋ ਅਤੇ ਚੰਦ ਵੇਖ ਕੇ ਇਫਤਾਰ ਕਰੋ, ਅਗਰ ਮਤਲਬ ਅਬਰ ਅਲੂਦ ਹੋਵੇ ਯਾਨੀ ਬੱਦਲ ਵਗੈਰਾ ਹੋਣ ਤਾਂ ਮਹੀਨਾ 30 ਦਿਨ ਦਾ ਸ਼ੁਮਾਰ ਕਰੋ। ਔਰ ਰਿਹਾ ਸਾਲ ਦਾ ਹਿਸਾਬ, ਤਾਂ ਇਹਦਾ ਇਸਲਾਮ ਦੀ ਆਮਦ ਤੋਂ ਪਹਿਲੇ ਅਰਬਾਂ ਦੇ ਹਾਂ ਦੂਸਰੀ ਕੌਮਾਂ ਵਾਕੋਂ ਕੋਈ ਖਾਸ ਤਰੀਕਾ ਨਹੀਂ ਸੀ, ਬਲਕਿ ਮੁਨਫਰਦ ਅਤੇ ਮਸ਼ਹੂਰ ਵਾਕਿਆ ਦੇ ਜ਼ਰੀਏ ਤਾਰੀਖ ਨੂੰ ਯਾਦ ਰੱਖਦੇ ਸੀ, ਜਿਵੇਂ ਕਿ ਉਸ ਵਾਕਿਆ ਫੀਲ ਅਤੇ ਬੇਸਤ ਨਬੀ ਸਲਸਲਮ ਔਰ ਅਮੀਰ ਉਲ ਮੋਮਿਨੀਨ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਦੇ ਦੌਰ 'ਚ ਤੈਅ ਪਾਇਆ ਗਿਆ ਕਿ ਸਾਲ ਦਾ ਆਗਾਜ਼ ਕਮਰੀ ਮਹੀਨਿਆਂ ਦੇ ਇਤਬਾਰ ਤੋਂ ਇਸ ਮਹੀਨੇ ਤੋਂ ਕੀਤਾ ਜਾਏ, ਜਿਹਦੇ 'ਚ ਨਬੀ ਅਕਰਮ ਸਲਸਲਮ ਨੇ ਮੱਕਾ ਤੋਂ ਮਦੀਨਾ ਹਿਜਰਤ ਕੀਤੀ, ਕਿਉਂਕਿ ਹਿਜਰਤ ਇੱਜ਼ਤ ਕੁਵਤ ਦਾ ਆਗਾਜ਼ ਸੀ। ਲਿਹਾਜ਼ਾ ਇਹ ਦੋਸਤ ਫੈਸਲਾ ਸੀ, ਚਨਾਚੇ ਹਜ਼ਰਤ ਸਾਲ ਇਬਨ ਸਾਦ ਰਜ਼ੀ ਅੱਲਾਹ ਤਾਲਾ ਅਨਹ ਤੋਂ ਮਰਵੀ ਹੈ ਅਤੇ ਉਹਨਾਂ ਨੇ ਫਰਮਾਇਆ ਕਿ ਮੁਸਲਮਾਨਾਂ ਨੇ ਸਾਲ ਦਾ ਆਗਾਜ਼ ਬੇਸਤ ਨਬਵੀ ਆ ਫਾਤਿਮ ਨਬਵੀ ਤੋਂ ਕਰਨ ਦੀ ਬਜਾਏ ਆਪ ਸਲਸਲਮ ਦੀ ਮਦੀਨਾ ਤਸ਼ਰੀਫ ਆਵਰੀ ਅਤੇ ਵਕਤ ਤੋਂ ਕੀਤਾ ਔਰ ਇਸ ਰਾਏ 'ਤੇ ਫੈਸਲਾ ਹੋ ਗਿਆ ਕਿ ਸਾਲ ਦਾ ਪਹਿਲਾ ਮਹੀਨਾ ਮੁਹਰਮ ਉਲ ਹਰਾਮ ਨੂੰ ਕਰਾਰ ਦਿੱਤਾ ਜਾਏ, ਜਦੋਂ ਲੋਕ ਹੱਜ ਤੋਂ ਫਾਰਗ ਹੋ ਚੁੱਕੇ ਹੋਣ ਅਤੇ ਸਫ਼ਰ ਦੇ ਹੱਜ ਦੀ ਮੁਸ਼ਕਤਾਂ ਤੋਂ ਰਾਹਤ ਪਾ ਚੁੱਕੇ ਹੋਣ ਔਰ ਹਿਜਰੀ ਕੈਲੰਡਰ ਸਨ 17 ਹਿਜਰੀ ਤੋਂ ਅਮਲ ਸ਼ੁਰੂ ਕੀਤਾ ਗਿਆ। ਲਿਹਾਜ਼ਾ ਹਿਜਰੀ ਕੈਲੰਡਰ 'ਤੇ ਅਮਲ ਕਰਨਾ, ਸ਼ਰੀਅਤ ਨੂੰ ਥਾਮਨਾ, ਇਹਦੇ 'ਚ ਸਾਡੀ ਸ਼ਨਾਖਤ, ਫਖਰ, ਇਮਤਿਆਜ਼ੀ ਹੈਸੀਅਤ ਅਤੇ ਆਜ਼ਾਦੀ ਹੈ।